ਪ੍ਰੋਬਲਮ ਸੀ ਫਿਸਰ ਦੀ। ਹਾਂਜੀ, ਫਿਸਰ ਦਾ ਟ੍ਰੀਟਮੈਂਟ ਇਹਨਾਂ ਡਾਕਟਰ ਸਾਹਿਬ ਹੁਣਾਂ ਜੀ ਕੋਲ ਕਰਵਾਇਆ ਸੀ ਅਤੇ ਡਾਕਟਰ ਸਾਹਿਬ ਜੀ ਬਹੁਤ ਜ਼ਿਆਦਾ ਐਕਸਪੀਰੀਅੰਸ ਰੱਖਦੇ ਆ, ਬਹੁਤ ਵਧੀਆ ਟ੍ਰੀਟਮੈਂਟ ਕੀਤਾ ਸਾਡਾ। ਲੇਜ਼ਰ ਸਰਜਰੀ ਨਾਲ ਬਹੁਤ ਵਧੀਆ ਹੋਇਆ ਟ੍ਰੀਟਮੈਂਟ, ਜਿਸ ਨਾਲ ਕੋਈ ਵੀ ਤਕਲੀਫ ਕੋਈ ਪ੍ਰੋਬਲਮ ਨਹੀਂ ਹੋਈ। ਡਾਕਟਰ ਸਾਹਿਬ ਬਹੁਤ ਜ਼ਿਆਦਾ ਸੁਲਝੇ ਹੋਏ ਇਨਸਾਨ, ਬਹੁਤ ਜ਼ਿਆਦਾ ਐਕਸਪੀਰੀਅੰਸ ਆ ਡਾਕਟਰ ਸਾਹਿਬ ਉਹਨਾਂ ਨੂੰ, ਅਤੇ ਤੁਸੀਂ ਇਹਨਾਂ ਨੂੰ ਮਿਲ ਕੇ ਆਪਣਾ ਟ੍ਰੀਟਮੈਂਟ ਕਰਵਾ ਸਕਦੇ ਆ। ਬਾਕੀ ਅਪੀਲ ਆ ਡਾਕਟਰ ਸਾਹਿਬ ਨੂੰ ਮਿਲੋ ਜੇ ਕਿਸੇ ਨੂੰ ਪ੍ਰੋਬਲਮ ਆ, ਅਤੇ ਡਾਕਟਰ ਸਾਹਿਬ ਨੂੰ ਮਿਲ ਕੇ ਆਪਣਾ ਟ੍ਰੀਟਮੈਂਟ ਕਰਵਾ ਸਕਦੇ ਆ। ਸਤਿ ਸ਼੍ਰੀ ਅਕਾਲ ਜੀ, ਆਪਣੇ ਜੀ ਇੱਥੇ ਸਟਾਰ ਹੋਸਪਿਟਲ ਜਲੰਧਰ ਦੇ ਵਿੱਚ ਡਾਕਟਰ ਜਸਮੀਤ ਸਿੰਘ ਆਹਲੂਵਾਲੀਆ ਜਿਹਨਾਂ ਦੇ ਕੋਲ ਅਸੀਂ ਆਏ ਸੀ, ਸਾਨੂੰ ਪ੍ਰੋਬਲਮ ਸੀ ਫਿਸਰ ਦੀ। ਹਾਂਜੀ, ਫਿਸਰ ਦਾ ਟ੍ਰੀਟਮੈਂਟ ਇਹਨਾਂ ਡਾਕਟਰ ਸਾਹਿਬ ਹੁਣਾਂ ਜੀ ਕੋਲ ਕਰਵਾਇਆ ਸੀ, ਅਤੇ ਡਾਕਟਰ ਸਾਹਿਬ ਜੀ ਬਹੁਤ ਜ਼ਿਆਦਾ ਐਕਸਪੀਰੀਅੰਸ ਰੱਖਦੇ ਆ, ਜਿਹਦਾ ਬਹੁਤ ਮਾਹਰ ਨੇ ਇਸ ਕੰਮ ਦੇ ਵਿੱਚ, ਅਤੇ ਉਹਨਾਂ ਨੇ ਬਹੁਤ ਵਧੀਆ ਟ੍ਰੀਟਮੈਂਟ ਕੀਤਾ ਸਾਡਾ। ਟ੍ਰੀਟਮੈਂਟ ਕਰਨ ਵੇਲੇ ਕੋਈ ਤਕਲੀਫ ਕੋਈ ਪ੍ਰੋਬਲਮ ਨਹੀਂ ਆਈ, ਲੇਜ਼ਰ ਸਰਜਰੀ ਦੇ ਨਾਲ ਹੋਇਆ। ਲੇਜ਼ਰ ਸਰਜਰੀ ਨਾਲ ਬਹੁਤ ਵਧੀਆ ਹੋਇਆ ਟ੍ਰੀਟਮੈਂਟ, ਜਿਸ ਨਾਲ ਕੋਈ ਵੀ ਤਕਲੀਫ ਕੋਈ ਪ੍ਰੋਬਲਮ ਨਹੀਂ ਹੋਈ। ਅਤੇ ਅਸੀਂ ਕਹਿੰਦੇ ਹਾਂ ਵੀ ਜਿਹਨਾਂ ਨੂੰ ਕੋਈ ਪ੍ਰੋਬਲਮ ਹੋਵੇ ਘਬਰਾਉਣ ਦੀ ਕੋਈ ਲੋੜ ਨਹੀਂ, ਜਿਹਨਾਂ ਨੂੰ ਫਿਸਰ ਦੀ ਪ੍ਰੋਬਲਮ ਆ ਜਾਂ ਕੋਈ ਹੋਰ ਪ੍ਰੋਬਲਮ ਆ ਉਹ ਡਾਕਟਰ ਸਾਹਿਬ ਜੀ ਨੂੰ ਮਿਲ ਸਕਦੇ ਆ। ਡਾਕਟਰ ਸਾਹਿਬ ਬਹੁਤ ਜ਼ਿਆਦਾ ਸੁਲਝੇ ਹੋਏ ਇਨਸਾਨ, ਬਹੁਤ ਜ਼ਿਆਦਾ ਐਕਸਪੀਰੀਅੰਸ ਆ ਡਾਕਟਰ ਸਾਹਿਬ ਉਹਨਾਂ ਨੂੰ, ਅਤੇ ਤੁਸੀਂ ਇਹਨਾਂ ਨੂੰ ਮਿਲ ਕੇ ਆਪਣਾ ਟ੍ਰੀਟਮੈਂਟ ਕਰਵਾ ਸਕਦੇ ਆ। ਅਤੇ ਮੈਂ ਕਰਵਾਇਆ ਜੀ, ਬਹੁਤ ਵਧੀਆ ਟ੍ਰੀਟਮੈਂਟ ਹੋਇਆ, ਕੋਈ ਵੀ ਮੈਨੂੰ ਤਕਲੀਫ ਨਹੀਂ ਆਈ ਜਾਂ ਕੋਈ ਪ੍ਰੋਬਲਮ ਆਈ ਹੋਵੇ ਕੋਈ ਵੀ ਪ੍ਰੋਬਲਮ ਨਹੀਂ ਆਈ, ਪਤਾ ਹੀ ਨਹੀਂ ਲੱਗਾ ਜੀ। ਹਾਂਜੀ, ਇੰਨਾ ਵਧੀਆ ਇਹਨਾਂ ਨੇ ਡਾਕਟਰ ਸਾਹਿਬ ਨੇ ਟ੍ਰੀਟਮੈਂਟ ਕੀਤਾ ਫਿਸਰ ਦਾ। ਅਤੇ ਮੈਂ ਜੀ ਆਪਣੇ ਬਿਲੋਂਗ ਕਰਦਾ ਜ਼ਿਲ੍ਹਾ ਜਲੰਧਰ ਤੋਂ ਕਰਦਾ ਮੈਂ ਜੀ, ਅਤੇ ਬਾਕੀ ਅਪੀਲ ਆ ਡਾਕਟਰ ਸਾਹਿਬ ਨੂੰ ਮਿਲੋ ਜੇ ਕਿਸੇ ਨੂੰ ਪ੍ਰੋਬਲਮ ਆ, ਅਤੇ ਡਾਕਟਰ ਸਾਹਿਬ ਨੂੰ ਮਿਲ ਕੇ ਆਪਣਾ ਟ੍ਰੀਟਮੈਂਟ ਕਰਵਾ ਸਕਦੇ ਆ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।